न्यूज़ हब दे हवाले तो सामने आया है कि न्यूजीलैंड भर के हस्पतालों विचों हर महीने हज़ारा मरीज एमरजेंसी विभागों विचों बिना इलाज करवाए वापस घरां नूं परत रहे ने अते इन्हां विचों कईआं नूं 24-24 घंटियां दी उड़ीक भी करनी पई है। औसत 3400 मरीज अजिहा कर रहे ने अते इन्हां विचों हजे उह लोग शामिल नहीं कीते गए ने जिन्हां ने पेपर वर्क ते साइन करके इलाज ना करवाउण दा फैसला लिया। ਤੁਹਾਨੂੰ ਦੱਸ ਦਈਏ ਕਿ ਮਰੀਜ਼ਾਂ ਦੀ ਐਮਰਜੈਂਸੀ ਵਿਭਾਗ ਵਿੱਚ ਉਡੀਕ ਦਾ ਮਸਲਾ ਉਸ ਵੇਲੇ ਬਹੁਤ ਭਖਿਆ ਸੀ ਜਦੋਂ ਇੱਕ ਮਹਿਲਾ ਬੀਤੇ ਮਹੀਨੇ ਉਡੀਕ ਕਰ ਕਰਕੇ ਬਿਨਾਂ ਇਲਾਜ ਕਰਵਾਇਆ ਘਰ ਵਾਪਸ ਪਰਤ ਗਈ ਸੀ ਅਤੇ ਉਸ ਦੇ ਘਰ ਜਾਣ ਤੋਂ ਸਿਰਫ ਅੱਧਾ ਘੰਟਾ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ। ਇਸ ਸਮੱਸਿਆ ਦਾ ਮੁੱਖ ਕਾਰਨ ਸਿਹਤ ਕਰਮਚਾਰੀਆਂ ਦੀ ਘਾਟ ਅਤੇ ਹਸਪਤਾਲਾਂ ਵਿੱਚ ਵਧੀ ਫਲੂ ਅਤੇ ਕਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਸਿਹਤ ਮਹਿਕਮਾ ਲਗਾਤਾਰ ਦਬਾਅ ਹੇਠ ਚੱਲ ਰਿਹਾ ਹੈ। ਬਿਊਰੋ ਰਿਪੋਰਟ, NZ ਪੰਜਾਬੀ ਨਿਊਜ਼।